ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ ਕੈਨੇਡਾ ਭਰ ਦੀਆਂ ਖਬਰਾਂ। ਇਸ ਸਮੇਂ ਤੁਹਾਨੂੰ ਅਸੀਂ ਦੱਸਾਂਗੇ ਜਿਸ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਜੋ ਤਾਜ਼ਾ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਬਿਆਨ ਜਾਰੀ ਕੀਤਾ ਗਿਆ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਕੰਮ ਦੀ ਪ੍ਰਕਿਰਿਆ ਨੂੰ ਲੈ ਕੇ ਵੀ, ਅਤੇ ਇਸ ਦੇ ਨਾਲ ਹੀ ਅਲਬਰਟਾ ਦੇ ਸਿਹਤ ਵਿਭਾਗ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ, ਅਤੇ ਕੈਨੇਡਾ ਭਰ ਤੋਂ ਹੋਰ ਕਈ ਖਬਰਾਂ ਤੁਹਾਨੂੰ ਹੁਣ ਅਸੀਂ ਦੱਸਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੋ ਮੈਕਸੀਕੋ ਤੋਂ ਟੋਰੋਂਟੋ ਆ ਰਹੀ ਏਅਰ ਕੈਨੇਡਾ ਦੀ ਫਲਾਈਟ ਨੂੰ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਹਿਊਸਟਨ ਦੇ ਵਿੱਚ, ਜਦੋਂ ਜਹਾਜ਼ ਦੇ ਵਿੱਚ AC 'ਚ ਕੋਈ ਖਰਾਬੀ ਹੋਣ ਕਰਕੇ ਕੈਬਿਨ 'ਚ ਏਅਰ ਪ੍ਰੈਸ਼ਰ ਘੱਟ ਗਿਆ ਸੀ। ਜਹਾਜ਼ ਵਿੱਚ 166 ਯਾਤਰੀ ਮੌਜੂਦ ਸਨ ਉਸ ਸਮੇਂ। ਸ਼ੁੱਕਰਵਾਰ ਅਕਤੂਬਰ 13 ਦਾ ਇਹ ਮਾਮਲਾ ਹੈ ਜਦੋਂ ਐਮਰਜੈਂਸੀ ਲੈਂਡਿੰਗ ਹੋਈ ਸੀ, ਜਿਸ ਦੇ ਬਾਰੇ ਹੁਣ ਏਅਰਲਾਈਨ ਨੇ ਜਾਣਕਾਰੀ ਦਿੰਦੇ ਹੋਏ ਕਾਰਨ ਦੱਸਿਆ ਹੈ। ਜਿਸ ਦੇ ਬਾਰੇ ਕਿਹਾ ਗਿਆ ਕਿ ਪਾਇਲਟ ਜਹਾਜ਼ ਨੂੰ 10,000 ਫੁੱਟ ਦੇ ਉੱਤੇ ਲੈ ਆਇਆ ਸੀ ਅਤੇ ਆਕਸੀਜਨ ਮਾਸਕ ਖੋਲ੍ਹ ਦਿੱਤੇ ਗਏ ਸਨ, ਪਰ ਉਸ ਸਮੇਂ ਤੱਕ ਕੈਬਿਨ ਦੇ ਵਿੱਚ ਆਕਸੀਜਨ ਦੀ ਕਮੀ ਨਹੀਂ ਸੀ ਹੋਈ, ਜਿਸ ਕਰਕੇ ਆਕਸੀਜਨ ਮਾਸਕ ਲਾਉਣ ਦੀ ਲੋੜ ਨਹੀਂ ਸੀ ਪਈ। ਪਰ ਇਸ ਦੌਰਾਨ ਯਾਤਰੀ ਕਾਫ਼ੀ ਘਬਰਾ ਗਏ ਸਨ, ਜਿਸ ਤੋਂ ਤੁਰੰਤ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਅਤੇ ਹਿਊਸਟਨ ਦੇ ਵਿੱਚ ਜਹਾਜ਼ ਨੂੰ ਹੇਠਾਂ ਸੁਰੱਖਿਅਤ ਉਤਾਰਿਆ ਗਿਆ। ਬੋਇੰਗ 737 ਮੈਕਸ ਏਅਰਕ੍ਰਾਫਟ ਸੀ ਇਹ, ਜਿੱਥੇ ਏਅਰਲਾਈਨ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਯਾਤਰੀਆਂ ਨੂੰ ਮੁਆਵਜ਼ਾ ਦਿੱਤਾ ਹੈ ਅਤੇ ਨਾਲ ਹੀ ਅਗਲੇ ਦਿਨ ਫਲਾਈਟ ਦੇ ਰਾਹੀਂ ਉਹਨਾਂ ਨੂੰ ਟੋਰੋਂਟੋ ਪਹੁੰਚਾਇਆ ਵੀ ਗਿਆ। ਅਗਲੀ ਖਬਰ ਹੈ ਕਿ ਇਸ ਵਿਅਕਤੀ ਨੂੰ ਕੈਨੇਡਾ ਭਰ ਦੇ ਵਿੱਚ ਲੱਭਿਆ ਜਾ ਰਿਹਾ ਹੈ, ਜਿਸ ਦੇ ਲਈ ਪੁਲਿਸ ਨੇ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਇਸ ਆਰੋਪੀ ਦੇ ਲਈ ਦੂਜੀ ਵਾਰ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਗਏ ਨੇ, ਜਿਸ ਦਾ ਨਾਮ ਮਾਈਕਲ ਸਟੈਮਾਟੈਕੋਸ ਦੱਸਿਆ ਗਿਆ, ਜਿਸ ਦੀ ਉਮਰ 31 ਸਾਲ ਹੈ, ਜੋ ਕਿ ਪੈਰੋਲ ਦੇ ਉੱਤੇ ਕੁਝ ਸ਼ਰਤਾਂ ਤਹਿਤ ਬਾਹਰ ਆਇਆ, ਪਰ ਉਸ ਤੋਂ ਬਾਅਦ ਇਹ ਫਰਾਰ ਹੋ ਗਿਆ ਅਤੇ ਪੁਲਿਸ ਹੁਣ ਇਸ ਨੂੰ ਲੱਭ ਰਹੀ ਹੈ। ਆਰੋਪੀ ਮਾਈਕਲ ਦੇ ਉੱਤੇ ਕਈ ਸੰਗੀਨ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਨੇ, ਜਿਨ੍ਹਾਂ ਦੇ ਵਿੱਚੋਂ ਜਾਨੋਂ ਮਾਰਨ ਦੀਆਂ ਧਮਕੀਆਂ, ਅੱਗਜਨੀ ਕਰਨਾ, ਗੈਰ ਕਾਨੂੰਨੀ ਨਸ਼ੇ ਰੱਖਣਾ, ਖਤਰਨਾਕ ਢੰਗ ਦੇ ਨਾਲ ਗੱਡੀ ਚਲਾਉਣਾ ਅਤੇ ਭਗੌੜਾ ਵੀ ਇਸ ਨੂੰ ਹੁਣ ਕਰਾਰ ਦਿੱਤਾ ਗਿਆ। ਓਨਟੇਰੀਓ ਪੁਲਿਸ ਨੇ ਕਿਹਾ ਕਿ ਆਰੋਪੀ ਮੁੱਖ ਤੌਰ ਦੇ ਉੱਤੇ ਟੋਰੋਂਟੋ ਖੇਤਰ ਦਾ ਹੈ ਅਤੇ ਉਸ ਦਾ ਸਾਰਾ ਮੂੰਹ ਟੈਟੂਜ਼ ਦੇ ਨਾਲ ਭਰਿਆ ਹੋਇਆ ਹੈ। ਲੰਘੇ ਫਰਵਰੀ ਮਹੀਨੇ ਦੇ ਵਿੱਚ ਵੀ ਟੋਰੋਂਟੋ ਪੁਲਿਸ ਨੇ ਕੈਨੇਡਾ ਵਿਆਪੀ ਵਾਰੰਟ ਇਸ ਖਿਲਾਫ਼ ਜਾਰੀ ਕੀਤਾ ਸੀ, ਜਦੋਂ ਇਸਨੇ ਪਹਿਲੀ ਵਾਰ ਪੈਰੋਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਦੋਂ ਇਹ ਹਸਪਤਾਲ ਦੇ ਵਿੱਚ ਗਿਆ ਸੀ ਲੋੜ ਪੈਣ 'ਤੇ ਇੱਕ ਨਰਸ ਨੇ ਇਸਨੂੰ ਦੇਖ ਕੇ ਪਛਾਣ ਲਿਆ ਸੀ। ਪੁਲਿਸ ਨੂੰ ਫੋਨ ਕਰਕੇ ਉਸਨੇ ਜਾਣਕਾਰੀ ਦੇ ਦਿੱਤੀ ਸੀ ਅਤੇ ਫਿਰ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅਜਿਹੀ ਹਰਕਤ ਕੀਤੀ ਇਸਨੇ, ਜਿਸ ਤੋਂ ਬਾਅਦ ਮੁੜ ਤੋਂ ਇਸ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਮੁੜ ਤੋਂ ਇਸਨੇ ਜ਼ਮਾਨਤ ਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਵਾਪਸ ਨਹੀਂ ਪਰਤਿਆ ਅਤੇ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਨੂੰ ਮੁੜ ਤੋਂ ਲੱਭ ਰਹੀ ਹੈ। ਆਰੋਪੀ ਦੇ ਬਾਰੇ ਥੋੜ੍ਹਾ ਹੋਰ ਜਾਣਕਾਰੀ ਦੱਸ ਦਈਏ ਤਾਂ ਉਸਦਾ ਕੱਦ 5'5" ਦੇ ਨੇੜੇ ਹੈ, ਜਿਸ ਦੇ ਸਿਰ ਦੇ ਉੱਤੇ ਵਾਲ ਨਹੀਂ ਨੇ ਅਤੇ ਭੂਰੀਆਂ ਅੱਖਾਂ ਨੇ। ਜੇਕਰ ਤੁਸੀਂ ਕਿਤੇ ਵੀ ਇਸਨੂੰ ਦੇਖਦੇ ਹੋ ਤਾਂ 1800-222-8477 ਜਾਂ ਫਿਰ ਸਿੱਧਾ 911 'ਤੇ ਫੋਨ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਪੁਲਿਸ ਨੇ ਲੋਕਾਂ ਨੂੰ ਇਹ ਗੱਲ ਕਹੀ ਹੈ। ਇਸ ਦੇ ਨਾਲ ਹੀ ਐਡਮੰਟਨ ਦੇ ਵਿੱਚ ਲੰਘੇ ਐਤਵਾਰ ਤੋਂ ਲੈ ਕੇ ਹੁਣ ਤੱਕ 2 ਘਟਨਾਵਾਂ ਐਸੀਆਂ ਸਾਹਮਣੇ ਆ ਚੁੱਕੀਆਂ ਨੇ, ਜਿਸ ਦੇ ਵਿੱਚ ਫਲਸਤੀਨ ਵਿਰੋਧੀ ਅਤੇ ਮੁਸਲਿਮ ਵਿਰੋਧੀ ਟਿੱਪਣੀਆਂ ਕਰਦੇ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ। ਐਡਮੰਟਨ ਪੁਲਿਸ ਦੀ ਹੇਟ ਕ੍ਰਾਈਮ ਯੂਨਿਟ ਇਹਨਾਂ ਦੋਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਵਾਪਰੀ ਇੱਕ ਘਟਨਾ ਦੀ ਗੱਲ ਕਰੀਏ ਤਾਂ ਕੁਈਨ ਐਲਜ਼ਾਬੈਥ ਹਾਈ ਸਕੂਲ ਦੇ ਬਾਹਰ ਇੱਕ ਵਿਅਕਤੀ ਫਲਸਤੀਨ ਵਿਰੋਧੀ ਨਾਅਰੇ ਲਾਉਂਦਾ ਹੋਇਆ ਉੱਚੀ ਆਵਾਜ਼ ਦੇ ਵਿੱਚ ਦਿਖਾਈ ਦਿੰਦਾ ਹੈ। ਇਸ ਬਾਬਤ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਅਧਿਆਪਕ ਦੇ ਵੱਲੋਂ ਇਸ ਘਟਨਾ ਦੀ ਗਵਾਹੀ ਵੀ ਭਰੀ ਗਈ ਹੈ। ਬੱਚੇ ਸਕੂਲ ਦੇ ਬਾਹਰ ਸਨ ਅਤੇ ਅਚਾਨਕ ਇੱਕ ਵਿਅਕਤੀ ਫਲਸਤੀਨ ਵਿਰੋਧੀ ਨਾਅਰੇ ਲਾਉਣ ਲੱਗਦਾ ਹੈ ਅਤੇ ਅਧਿਆਪਕ ਖੁਦ ਸਾਰੇ ਬੱਚਿਆਂ ਨੂੰ ਸਕੂਲ ਦੇ ਅੰਦਰ ਜਲਦ ਜਾਣ ਨੂੰ ਕਹਿੰਦੇ ਨੇ। ਇਸ ਘਟਨਾ ਤੋਂ ਪਹਿਲਾਂ ਇੱਕ ਹੋਰ ਘਟਨਾ ਵਾਪਰੀ ਸੀ ਐਤਵਾਰ ਨੂੰ ਦੁਪਹਿਰ ਦੇ 2 ਵਜੇ ਦੇ ਨੇੜੇ, 2:50 ਦੇ ਨੇੜੇ ਪੁਲਿਸ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ 110 ਸਟਰੀਟ 'ਤੇ 153 ਐਵੇਨਿਊ ਦੇ ਉੱਤੇ ਇੱਕ ਸ਼ਰਾਰਤੀ ਅਨਸਰ ਹੜਕੰਪ ਮਚਾ ਰਿਹਾ ਹੈ ਅਤੇ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਦੇਖਿਆ ਕਿ ਆਰੋਪੀ ਕਾਫ਼ੀ ਗੁੱਸੇ ਵਿੱਚ ਸੀ, ਜੋ ਕਿ ਨਸਲੀ ਨਫ਼ਰਤ ਭਰੀਆਂ ਟਿੱਪਣੀਆਂ ਕਰ ਰਿਹਾ ਸੀ ਮੁਸਲਿਮ ਭਾਈਚਾਰੇ ਦੇ ਖਿਲਾਫ਼। ਮੌਕੇ ਦੇ ਉੱਤੇ ਆਰੋਪੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿੱਥੇ ਉਸਨੇ ਆਪਣੇ ਆਪ ਨੂੰ ਛਡਵਾਉਣ ਦੀ ਵੀ ਕਾਫ਼ੀ ਕੋਸ਼ਿਸ਼ ਕੀਤੀ। 50 ਸਾਲ ਦੇ ਵਿਅਕਤੀ ਦੇ ਉੱਤੇ ਧਾਰਾ 718(2) ਕ੍ਰਿਮੀਨਲ ਕੋਡ ਦੇ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਸਦੀ ਸਜ਼ਾ ਵਧਾਉਣ ਦੇ ਬਾਰੇ ਵੀ ਸਿਫਾਰਿਸ਼ ਤੱਕ ਕੀਤੀ ਗਈ ਹੈ, ਕਿਉਂਕਿ ਆਰੋਪੀ ਸਾਫ਼ ਤੌਰ ਦੇ ਉੱਤੇ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਲਗਾਤਾਰ ਕਰ ਰਿਹਾ ਸੀ। ਇਸ ਮੌਕੇ ਪੁਲਿਸ ਨੇ ਕਿਹਾ ਕਿ ਨਫ਼ਰਤ ਭਰੀਆਂ ਟਿੱਪਣੀਆਂ ਕਰਨਾ ਇੱਕ ਗੰਭੀਰ ਜ਼ੁਰਮ ਹੈ। ਅਜਿਹੀਆਂ ਹਰਕਤਾਂ ਸਿਰਫ ਪੀੜਤ ਨੂੰ ਤੰਗ ਨਹੀਂ ਕਰਦੀਆਂ, ਸਗੋਂ ਪੂਰੇ ਭਾਈਚਾਰੇ ਦੀ ਮਾਨਸਿਕਤਾ ਨੂੰ ਵੀ ਪਰੇਸ਼ਾਨੀ ਦੇ ਵਿੱਚ ਪਹੁੰਚਾਉਂਦੀਆਂ ਨੇ। ਜੇਕਰ ਤੁਹਾਨੂੰ ਕੋਈ ਵੀ ਅਜਿਹਾ ਵਿਅਕਤੀ ਮਿਲਦਾ ਹੈ ਜੋ ਕਿ ਕੋਈ ਵੀ ਨਫ਼ਰਤ ਭਰੀਆਂ ਟਿੱਪਣੀਆਂ ਕਰ ਰਿਹਾ ਹੋਵੇ ਜਾਂ ਫਿਰ ਕੋਈ ਨਸਲੀ ਨਫ਼ਰਤ ਦਾ ਨਮੂਨਾ ਪੇਸ਼ ਕਰ ਰਿਹਾ ਹੋਵੇ ਤਾਂ ਅਜਿਹੇ ਵਿੱਚ ਉਸਦੀ ਸ਼ਿਕਾਇਤ ਤੁਰੰਤ 911 'ਤੇ ਫੋਨ ਕਰਕੇ ਕੀਤੀ ਜਾ ਸਕਦੀ ਹੈ। ਜਾਂ ਫਿਰ ਐਡਮੰਟਨ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਨਾਲ 780-423-4567 ਦੇ ਉੱਤੇ ਫੋਨ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅਗਲੀ ਖਬਰ ਹੈ ਕਿ 1800 ਬਲੋਕ ਹੈਲੀਫੈਕਸ ਸਟਰੀਟ ਦੇ ਉੱਤੇ
टेंट एनकैंपमेंट दे विच अग लगन की घटना वापरी। रजाइना फायर एंड प्रोटेक्टिव सर्विसिज के अधिकारियों ने कहा कि जदों ही उन्होंने घटना के बारे पता लग्या तो मौके के उत्ते पहुँच के उन्होंने मंगलवार की दोपहर में करीब 12:30 बजे के नेड़े कार्रवाई की, जिन्हें कहा कि काफ़ी दूर तो अग दियां लपटां देखिया जा सकदियां सन। काफ़ी जद्दोजहद तो बाद करीब 2:30 बजे तक अग के उत्ते काबू पाया गया। इस हादसे में एक व्यक्ति जख्मी भी हो गया जिसनों बचा लिया गया तो तुरंत इलाज के लिए हस्पताल भेजा गया। प्रशासन ने दसिया कि अग लगन के कारणों का हजे पता नहीं लग्या। घटना की जांच शुरू कर दी गई है जिसके बारे होर जानकारी भी अगे दी जाएगी। इस तरह ही हुण अगली खबर के वल रुख करांगे। मॉन्ट्रियल पुलिस ने 2 कारा दे भयानक सड़क हादसे की जांच उस समय शुरू की जिस इन्होंने कहा कि हादसों 1 जने की मौत हो गई तो कई होर जख्मी हुए ने। जांच अफसर ने कहा कि पहला हादसा मंगलवार की शाम को 8:40 के उत्ते वापरिया। गड्डी नॉर्थबाउंड वालू जा रही थी कि अचानक ड्राइवर का संतुलन बिगड़ गया जिस तों बाद काफ़ी ज़्यादा भयानक सड़क हादसा वापर गया। गड्डी विच जो सवार सन उन्होंने एक की उम्र 19 साल तो दूजे की 20 साल सी। दोवां दे गंभीर सट्टां लगियां ने ते जिन्हां नूं हस्पताल दे विच भर्ती करवाया गया। तो गड्डी चला रहे ड्राइवर की उम्र 18 साल है जिसकी हालत हुण खतरे तो बाहर दसी जा रही है। जांच अधिकारियों ने कहा कि उसके कोलों पुछ पड़ताल की जा रही है। तो दूजी घटना की गल करिए महज 1 घंटे बाद ही 9:50 के करीब का समा सी जदों एक होर कार सड़क हादसे के शिकार हो गई जिथे कि आर्थर चूरियर स्ट्रीट के कोल यह वापरिया। शुरुआती जानकारी दे विच पता लग्या कि गड्डी बेकाबू हो गई सी, फिर कई पार्किंग दे विच खड़े वाहनों के नाल गड्डी टकरा गई तो अखीर दरख्त के नाल जा टकराई। हादसे का शिकार हुई गड्डी दे विच 3 जने सवार सन, 2 पुरश जिन्हां विचों 1 की उम्र 21 साल तो दूजे की 23 साल सी ते 1 लड़की सी 20 साल की। तिन्हां दे काफ़ी सट्टां लगियां, हस्पताल दे विच जेरे इलाज ने। हादसे का शिकार होया 22 साल ड्राइवर जिसनों हस्पताल लजाया गया पर उसने उत्थे दम तोड़ दिता। जांच अधिकारी घटना वाली थान के उत्ते पहुँच के जांच कर रहे ने ते जिन्हां दे वल्लों इस समय हादसे के कारणों का पता लगाउण की कोशिश की जा रही है। उधर कैनेडा की पार्लीमेंट के इमीग्रेशन मंत्री मार्क मिलर नूं सवाल किया गया। स्कारब्रो सेंटर तो MP ने पूछा कि लिबरल सरकार इस गल दे उत्ते किवें काम कर रही है कि जो देश भर में निर्माण के काम के कामियां की कमी पाई जा रही है जिस करके कैनेडा वासी इस समय रहण वास्ते थावां की कमी के नाल जूझ रहे हैं। जिस बारे इमीग्रेशन मंत्री ने कहा कि इमीग्रेशन का कैनेडा की आर्थिकता नूं मजबूत करन दे लई सब तो अहम रोल है ते इस समय सब तो ज़्यादा स्किल्ड ट्रेड्स दे विच कामियां दी लोड़ है जिस वास्ते नवा प्रोग्राम लियांदा भी गया जिस दे राही छेती ही कामियां दी कमी नूं पूरा करन दे लई फिर चाहे कैनेडा तो बाहरले मुल्कां तो होण जां फिर कैनेडा दे विचों ही नवें प्रवासियां नूं तेज़ी दे नाल उन्हां दा स्वागत किया जा रहा होवे। जो खास खित्यां दे विच इमीग्रेशन विभाग दे वल्लों प्रक्रिया भी तेज चल रही है इस संबंधी काम किया जा रहा है। स्पीकर, इन कम्युनिटीज अक्रॉस कैनेडा एंड इन माय राइडिंग ऑफ स्कारब्रो सेंटर मेनी कैनेडियंस आर फाइंडिंग इट डिफिकल्ट टू फाइंड एन अफोर्डेबल प्लेस टू कॉल होम। रदर देन स्केपगोटिंग न्यूकमर्स वी मस्ट वर्क टू इंश्योर दैट दे बी अ पार्ट ऑफ द सॉल्यूशन टू द हाउसिंग क्राइसिस। Can the Minister of Immigration, Refugees and Citizenship inform the House of our government's plan to tackle the labor shortage in the construction sector and build more homes for Canadians? L'honorable ministre de l'Immigration. Mr. Speaker, immigration is key to our economic growth, and now more than ever, we need skilled trades in this country. That's why this summer we launched a global express entry system into this country to make sure the skilled labor workers could get in here in a faster pace. Simply put, more workers at a faster pace to get all those homes built. We need those workers. We need them from abroad. We need them here. They'll get the homes built. तो उधर अल्बर्टा हेल्थ सर्विसेज के वालों अलर्ट जारी किया गया। मंगलवार रात तो बाद जदों पता लग्या कि एडमंटन इंटरनेशनल एयरपोर्ट के उत्ते रेस्टोरेंट्स के काम करते 2 जने हैपेटाइटिस ए दे पीड़ित ने। हैपेटाइटिस ए एक इनफेक्शन है जो लिवर दे विच फैल जाता है एक वायरस के करके, जिस तों बाद अल्बर्टा दे सेहत विभाग ने कहा कि जारी किए गए अलर्ट दे विच जानकारी दिंदिया कहा गया कि 2 जने बेल्जियन बीयर कैफे ते बोस्टन पिज़्ज़ा दे उत्ते काम करन वाले ने जिथे कि तरीकां ते समा भी दस्या गया जदों उत्थे काम कर रहे सी ते जिन्हां लोकां ने उत्थे तो उस वेले खाना खादा होवे उन्हां नूं भी इस दी लाग लगी हो सकती है। बेल्जियन बीयर कैफे दे उत्ते 5 अक्तूबर नूं दोपहर दे 2 बजे तो लैके 9 बजे तक, 7, 8 ते 9 नूं शाम दे 4:30 बजे तो लैके सवेरे 12:30 बजे तक ते 12 अक्तूबर नूं दोपहर दे 1 बजे तो शाम दे 8 बजे तक। ते बोस्टन पिज़्ज़ा दी गल करिए 1 अक्तूबर नूं सवेरे 10 बजे तो शाम दे 6 बजे तक, 7 अक्तूबर नूं सवेरे 10 बजे तो शाम दे 4 बजे तक, 8 अक्तूबर नूं सवेरे 11 बजे तो शाम दे 4 बजे तक। एडमंटन
ਬਰਿੰਗਟਨ ਖੇਤਰ ਦੇ ਵਿੱਚ ਮੈਡੀਕਲ ਅਫਸਰਾਂ ਨੇ ਕਿਹਾ ਕਿ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ। ਉਹਨਾਂ ਦੇ ਪਬਲਿਕ ਹੈਲਥ ਇੰਸਪੈਕਟਰ ਉਹਨਾਂ ਰੈਸਟੋਰੈਂਟਸ ਦੇ ਵਿੱਚ ਜਾ ਕੇ ਭੋਜਨ ਦਾ ਸੈਂਪਲ ਵੀ ਲੈ ਚੁੱਕੇ ਨੇ। ਜਿਹੜੇ ਲੋਕ ਇਹਨਾਂ ਰੈਸਟੋਰੈਂਟਸ ਦੇ ਵਿੱਚ ਗਏ ਸਨ ਉਹ ਆਪਣਾ ਧਿਆਨ ਰੱਖਣ, ਹੈਪੇਟਾਈਟਿਸ ਏ ਦੇ ਲੱਛਣ 50 ਦਿਨ ਦੇ ਵਿੱਚ ਪਤਾ ਲੱਗ ਜਾਂਦੇ ਨੇ। ਜੇਕਰ ਲੱਛਣ ਦਿਖਾਈ ਦੇਣ ਤਾਂ 1-888-851-1919 ਦੇ ਉੱਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਿਸ ਦੇ ਵਿੱਚ ਜੋ ਲੱਛਣ ਨੇ ਇਸ ਦੇ ਉਸ ਵਿੱਚ ਥਕਾਵਟ, ਭੁੱਖ ਘੱਟ ਲੱਗਣਾ, ਨੌਜ਼ੀਆ, ਵੋਮਿਟਿੰਗ, ਸਰੀਰ 'ਚ ਦਰਦ ਹੋਣਾ, ਬੁਖਾਰ, ਅੱਖਾਂ ਅਤੇ ਮੂੰਹ ਪੀਲੇ ਹੋਣ ਲੱਗ ਜਾਣਾ, ਕੁਝ ਅਜਿਹੇ ਲੱਛਣ ਨੇ ਇਹ ਜੋ ਕਿ ਦਿਖਾਈ ਦੇ ਸਕਦੇ ਨੇ ਜਿਹੜੇ ਵੀ ਇਸ ਦੇ ਨਾਲ ਪੀੜਤ ਹੋਣ। ਜਿਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ। ਅਗਲੀ ਖਬਰ ਹੈ, ਡਾਊਨਟਾਊਨ ਟੋਰੋਂਟੋ ਦੇ ਵਿੱਚ ਇਜ਼ਰਾਈਲੀ ਕੌਂਸਲੇਟ ਦੇ ਬਾਹਰ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਅਤੇ ਗਾਜ਼ਾ ਸਿਟੀ ਹਸਪਤਾਲ 'ਤੇ ਹੋਏ ਹਮਲੇ ਦਾ ਰੱਜ ਕੇ ਉਹਨਾਂ ਨੇ ਵਿਰੋਧ ਕੀਤਾ, ਜਿਸ ਦੇ ਵਿੱਚ ਸੈਂਕੜੇ ਪੀੜਤ ਆਮ ਲੋਕ ਮਾਰੇ ਗਏ। ਵਿਰੋਧ ਵਾਲੀ ਰੈਲੀ ਦੀ ਸ਼ੁਰੂਆਤ ਯੰਗ ਸਟਰੀਟ ਤੋਂ ਹੋਈ ਅਤੇ ਬਲੋਡ ਸਟਰੀਟ ਵੱਲ ਗਈ। ਲੋਕਾਂ ਦੇ ਹੱਥਾਂ ਵਿੱਚ ਫਲਸਤੀਨ ਦੇ ਝੰਡੇ ਵੀ ਫੜੇ ਹੋਏ ਸਨ ਅਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲੱਗ ਰਹੇ ਸੀ। ਇੱਕ ਪ੍ਰਦਰਸ਼ਨਕਾਰੀ ਨੇ ਮੌਕੇ ਦੇ ਉੱਤੇ ਕਿਹਾ ਕਿ ਜਦੋਂ ਉਸ ਨੂੰ ਹਸਪਤਾਲ 'ਤੇ ਹੋਏ ਹਮਲੇ ਦੇ ਬਾਰੇ ਪਤਾ ਲੱਗਿਆ ਤਾਂ ਉਹ ਘਰ ਚੁੱਪ ਚੁਪੀਤੇ ਨਹੀਂ ਬੈਠ ਸਕੀ ਅਤੇ ਵਿਰੋਧ ਕਰਨ ਦੇ ਲਈ ਰੈਲੀ ਦੇ ਵਿੱਚ ਸ਼ਾਮਲ ਹੋਈ। ਅੱਗੇ ਬੋਲਦਿਆਂ ਉਸਨੇ ਕਿਹਾ ਕਿ ਕਿੰਨੇ ਹੀ ਲੋਕ ਉੱਥੇ ਨਜਾਇਜ਼ ਮਾਰੇ ਜਾ ਰਹੇ ਨੇ, ਕਈ ਨਵਜੰਮੇ ਬੱਚੇ, ਨੌਜਵਾਨ ਜਿਨ੍ਹਾਂ ਨੇ ਆਪਣੇ ਭਵਿੱਖ ਦੇ ਬਾਰੇ ਸੋਚਿਆ ਹੋਣਾ, ਕੋਈ ਗ੍ਰੈਜੂਏਟ ਹੋਣ ਵਾਲਾ ਹੋਵੇਗਾ, ਕਿਸੇ ਦਾ ਵਿਆਹ ਹੋਣ ਵਾਲਾ ਹੋਵੇਗਾ, ਪਰ ਹੁਣ ਇੰਨੀ ਤਬਾਹੀ ਤੋਂ ਬਾਅਦ ਕੁਝ ਵੀ ਸੰਭਵ ਨਹੀਂ ਹੈ। ਇਹ ਗੱਲ ਪੱਕੀ ਹੈ ਕਿ ਗਾਜ਼ਾ ਦੇ ਲੋਕ ਇਸ ਵੇਲੇ ਕਾਫੀ ਜ਼ਿਆਦਾ ਬੁਰੇ ਹਾਲਾਤ ਦੇ ਵਿੱਚ ਨੇ। ਦੂਜੇ ਪਾਸੇ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਇੱਕ ਦੂਜੇ 'ਤੇ ਹਮਲੇ ਦੇ ਇਲਜ਼ਾਮ ਵੀ ਲੱਗ ਰਹੇ ਨੇ। ਗਾਜ਼ਾ ਦੇ ਮੈਡੀਕਲ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਸ ਹਮਲੇ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿੱਥੇ ਤੋਂ ਕਈ ਦਰਦਨਾਕ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇਸ ਦੇ ਨਾਲ ਹੀ ਖਬਰਾਂ ਦੇ ਅਸਲ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।